वीर कुलवंदर संधु जी, असी इस टाइम हुण चक चेत सिंह उर्फ चेते आला, पिछले दिनां च तुसी एक बुजुर्ग अनेक सिंह जी होरां दा इंटरव्यू कीता सी, ते असी हुण उस जगह ते पहुँच आए हैं जिहड़े बुजुर्ग अनेक सिंह होरी आपदे घर दीआं निशानियां या दसदे सन। यह ही उन्हें पुराने घर चों सामने एक मेन उहदा दरवाज़ा है, तो अंदर चलने हूँ तुहानू उन्हां दा कमरे की ओरिजिनली हालत है जिहड़ी सेम। ये वीर जी वो ही 47 तो पहले वाली जिहड़ी छत आ, ये दरवाज़ा सी, ये दूसरी साइड तो दरवाज़ा आ गया। हाँ जी, एक इस साइड से कमरा सी, उत्थे वो छतीर पाया, तो यह जिहड़ा मेन वड्डा दरवाज़ा है इहदे उत्ते गार्डर पा के, तो बाकी इहदे ते वी गार्डर, हाँ वड्डा गार्डर सी, कड़ियां पाईआं होईआं। यह उस टाइम का यह दरवाज़ा है। हाँ जी, ये बंद पिया जी कमरा, खोल जाते। चेत सिंह का पुराना शाहकार, 47 तो पहले जेडे बुजुर्ग अनेक सिंह जी सन, ते उस टाइम इत्थे संत जेडे मस्तान से वो सन, एक ही संत हुंदा सी, ते गुरुद्वारा साहब जी सी। कुलवंदर संधु जी, ये चेत वाले दा जेड़ा तुहानू पहले मेन दरवाज़ा विखाया है, हाँ उस तो बाद जेड़े अंदर कमरा सी, ये सामने उनका मेन दरवाज़ा आ गया जी, असल ओरिजिनल हालत जी जेड़ा खड़ा है। एक ऐ साइड ते सी वो बुजुर्ग, हाँ जी बुजुर्ग दसदे पहले कुत्तब वाली साइड तो गिरा दिता सी, ते अजे भी इत्थे रैश है। गार्डर बदले नो, गार्डर बदल दिते ने, ते बाकी कड़ियां छत दियां ते ओए सारा निजाम। अच्छा, ते ए किंदा फोटो लग्या जी सामने? अच्छा, ये इन्हां बुजुर्गों की बड़ी मेहरबानी है जी, इन्होंने सानू इजाजत दी अंदर आने की ते बनाने की, क्योंकि अजे भी इत्थे उन्हां दी रहिश है, ते असीं इन्हां दे बड़े शुक्रगुजार हैं। बाकी ये बाहरला व्यू आ गया, ये सामने वो दरवाज़ा सी, ते पिछे घर पै जांदे सन। ये बुजुर्ग दस रहे ने कि पूरी एक हवेली सी, हाँ जी इत्थे दो हवेलियां सन, एक ये सी ते एक दूसरी साइड ते पै जांदी सी। हाँ जी, इस टाइम असीं चेत वाले दे बुजुर्ग जिहड़े ने, इस टाइम की नाम चाचा जी तुहाडा? मोहम्मद हसन। ते ये दूसरा पिछों तुहाडा पिंड केड़ा सी? पिछला पिंड इंडिया माणी खेड़ा। अच्छा, तो उत्थों दा नंबरदार या कोई, तुसीं उत्थों दी गल्लबात केड़ी दसना चाहते जी? ਹੋਰ ਹੱਟੀਆਂ ਵੀ ਬੜੀਆਂ ਸਨ, ਕਰਾਉਣਾ ਜੇ ਬੜੇ ਕੁਝ ਆਏ ਦੇਖੇ, ਪਰ ਨਾ ਹੁਣ ਆਪਾਂ ਭੁੱਲ ਗਏ, ਆਪਣਾ ਹੋ ਗਿਆ। ਤੁਸੀਂ ਆਏ ਮੁੜ ਕਿਵੇਂ ਆਨੇ? ਟੁੱਟਤੇ। ਅੱਛਾ, ਟੋਰ ਤੇ ਕਾਫਲਾ ਆਇਆ ਸੀ, ਤੇ ਕਾਫਲੇ ਚ ਕੋਈ ਲੁੱਟ ਮਾਰ ਵੀ ਹੋਈ ਸੀ? ਅੱਛਾ, ਸਿੱਖ ਕਾਲੀ ਪੈ ਜਾਂਦੇ ਲੁੱਟਣ। ਤੇ ਜਿਸ ਵੇਲੇ ਅਸੀਂ ਉਹਨਾਂ ਜੀ ਟਾਪਿਆ ਆਪਣੇ ਹੱਥ ਵਾਲੇ, ਤੇ ਕਾਲੀ ਮੁੜ ਪੈ ਗਏ, ਉਸ ਵੇਲੇ ਤਾਂ ਬੜਾ ਦੇ ਥਾਰ ਚਲਾਏ, ਤੇ ਉਸ ਵੇਲੇ ਬੰਦੇ ਕਰਵਾਏ, ਉਸ ਵੇਲੇ ਬੜਾ ਇੰਡੀਆ ਦੇ ਬੰਦੂਕਾਂ ਮਸ਼ਹੂਰ ਹੋਇਆ ਜਿਹੜੇ ਉਹ ਰਾਹ ਚਲਾਈਆਂ ਨੇ, ਉਹ ਇਹਦੇ ਪਿਓ ਨੇ ਮੀਨੇ ਚਲਾਈ ਨਾ, ਸੱਠਾਂ ਨੂੰ ਪੈ ਗਈ ਸਾਰਾ ਗਾਫਲਾ, ਇਹਨਾਂ ਕੋਈ ਬੰਦੂਕਾਂ ਲਾਇਆ। ਵੀਰ ਦਵਿੰਦਰ ਸਿੰਘ ਜੀ, ਹੁਣ ਇਸ ਟਾਈਮ ਅਸੀਂ ਉਸ ਯਾਦਗਾਰ ਸਟੇਸ਼ਨ 'ਤੇ ਆ ਗਏ ਹਾਂ ਜਿਹੜਾ ਚੱਕ ਰਵਾਣਾ
ਚੱਕ ਚੇਤੇ ਵਾਲਾ, ਰੁਚੇਤ ਸਿੰਘ, ਹਰਨ ਵਾਲਾ, ਇਹਨਾਂ ਦਾ ਮੁਸ਼ਤਰਕਾ ਸਟੇਸ਼ਨ ਸੀ। ਲੇਕਿਨ ਇਹ ਫਿਰ 47 ਦੀ ਵੰਡ ਤੋਂ ਬਾਅਦ ਆਹਿਸਤਾ ਆਹਿਸਤਾ ਰੇਲਵੇ ਦਾ ਨਿਜ਼ਾਮ ਸਾਰਾ ਖਤਮ ਹੋ ਗਿਆ। ਲੇਕਿਨ ਇਹ ਪਟੜੀ ਤੁਹਾਨੂੰ ਨਜ਼ਰ ਆ ਰਹੀ ਉਹ ਹੀ ਹੈ, ਅਤੇ ਆਹ ਸਾਹਮਣੇ ਆ ਜਿੱਥੇ ਤੁਹਾਨੂੰ ਆ ਥੋੜ੍ਹੀ ਜਿਹੀ ਉੱਚੀ ਟਿੱਬੀ ਨਜ਼ਰ ਆ ਰਹੀ ਹੈ, ਇੱਥੇ ਸਟੇਸ਼ਨ ਦੀ ਬਿਲਡਿੰਗ ਹੁੰਦੀ ਸੀ। ਅਤੇ ਜਿਸ ਸਾਈਡ 'ਤੇ ਮੇਰਾ ਕੈਮਰਾ ਹੈ, ਇਸ ਸਾਈਡ 'ਤੇ ਅੱਗੇ ਮੰਡੀ ਭੋਲੇ ਵਾਲੇ ਦਾ ਸਟੇਸ਼ਨ ਆ ਜਾਂਦਾ ਸੀ, ਅਤੇ ਫਿਰ ਇਹ ਦੂਸਰੀ ਸਾਈਡ 'ਤੇ ਮਗਰਬ ਵਾਲੀ ਸਾਈਡ 'ਤੇ ਦੂਸਰਾ ਮਿੰਚਨਾਬਾਦ ਸਟੇਸ਼ਨ ਸੀ ਰੇਲ ਦਾ। ਅਤੇ ਦੂਸਰਾ ਆਪਣੇ ਹੁਣ ਰੋਹਾਣੇ 'ਚ ਜਿਹੜੀਆਂ ਕੌਮਾਂ ਇੱਥੋਂ 47 ਤੋਂ ਬਾਅਦ ਆ ਕੇ ਬੈਠੀਆਂ ਨੇ, ਉਹਨਾਂ 'ਚ ਜੋਈਏ, ਗੁੱਜਰ, ਲੁਬਾਣੇ ਅਤੇ ਖਰਲ। ਅਤੇ ਦੂਸਰਾ ਚੇਤ ਸਿੰਘ 'ਚ ਹੀ ਐਵੇਂ ਨੇ, ਖਰਲ ਨੇ, ਜੰਮੂ ਬਰਾਦਰੀ ਏ ਅਤੇ ਖੋਖਰ ਨੇ। ਇਸ ਤੋਂ ਬਾਅਦ ਇਹ ਤਿੰਨਾਂ ਪਿੰਡਾਂ ਦਾ ਹੀ ਕਾਫਲਾ ਇੱਥੋਂ ਬਜ਼ੁਰਗ ਦੱਸਦੇ ਨੇ ਵੀ ਇਹ ਆਪਣੇ ਸਰਦਾਰ ਹਰਨੇਕ ਸਿੰਘ ਹੋਰੀ ਸਨ, ਉਧਰੋਂ ਸਰਦਾਰ ਆਪਣਾ ਇਹ ਵੀਰ ਦਵਿੰਦਰ ਕੌਰ ਦੇ ਜਿਹੜੇ ਵਾਲ ਸਾਹਿਬ ਸਨ, ਸਰਦਾਰ ਗੁਰਬਚਨ ਸਿੰਘ ਜੀ, ਉਹ ਉਸ ਵਕਤ ਦੇ ਪੜ੍ਹੇ ਲਿਖੇ ਬੰਦੇ ਸਨ। ਅਤੇ ਉਹ ਦੂਸਰਾ 8 ਜਮਾਤਾਂ ਤੱਕ ਨਾ ਸਕੂਲ, ਰੋਜ਼ਾਂ ਵਾਲੀ ਸਕੂਲ ਹੁੰਦਾ ਸੀ, ਕਮ ਅਜ਼ ਕਮ 15 ਕਿਲੋਮੀਟਰ ਇੱਥੋਂ ਆਪਣੇ ਚੱਕ ਰਵਾਣੇ 'ਚੋਂ, ਜਿਹੜੇ ਉਹ ਸਾਈਕਲ 'ਤੇ ਬਜ਼ੁਰਗ ਉੱਥੇ ਪੜ੍ਹਨ ਜਾਂਦੇ ਸਨ। ਅਤੇ ਇਹ ਤਿੰਨਾਂ ਪਿੰਡਾਂ ਦਾ ਹੀ ਕਾਫਲਾ ਸੀ, ਅਤੇ ਇਹ ਇੱਥੋਂ ਹੀ ਨਿਕਲ ਕੇ ਅਤੇ ਫਿਰ ਬਰਸਤਾ ਅੱਗੇ ਸਾਦਕੀਏ ਇੱਥੋਂ ਇਹਨਾਂ ਨੂੰ ਕ੍ਰਾਸ ਕੀਤਾ। ਇਹਦੇ 'ਚ ਇੱਕ ਬਜ਼ੁਰਗ ਚੇਤੇ ਵਾਲੇ ਦੇ ਸਨ, ਹਰਨੇਕ ਸਿੰਘ, ਅਤੇ ਉਹਨਾਂ ਦਾ ਇੱਕ ਫੁੱਫੜ ਸੀ ਹਰਨ ਵਾਲੇ ਦਾ। ਉਸ ਵੇਲੇ ਦੱਸਦੇ ਨੇ ਵੀ ਕੋਈ 11 ਗੋਲੀ ਦੀ ਰਾਈਫਲ ਹੁੰਦੀ ਸੀ, ਉਹ ਉਸ ਬਜ਼ੁਰਗ ਕੋਲ ਸੀ, ਅਤੇ ਉਹਦੇ ਨਾਲ ਉਹ ਕਾਫਲੇ ਦੇ ਹਿਫਾਜ਼ਤ ਵਾਸਤੇ ਸਨ। ਅਤੇ ਇੱਕ ਦੋ ਜਗ੍ਹਾ 'ਤੇ ਕੋਈ ਥੋੜ੍ਹੀਆਂ ਬਹੁਤੀਆਂ ਝੜਪਾਂ ਵੀ ਹੋਈਆਂ, ਲੇਕਿਨ ਉਹ ਆਪਦਾ ਕਾਫਲਾ ਖਰੀਅਤ ਨਾਲ ਲੈ ਕੇ ਅਤੇ ਉੱਥੇ ਇੰਡੀਆ ਪਹੁੰਚ ਗਏ ਸੀ। ਅਤੇ ਆਪਣਾ ਰੋਹਾਣੇ 'ਚੋਂ ਹੁਣ ਇਸ ਟਾਈਮ ਜਿਹੜੇ ਵੀਰ ਦਵਿੰਦਰ ਸਿੰਘ ਜੀ ਨੇ, ਇਹਨਾਂ ਨੂੰ ਜਿਹੜੀਆਂ ਜ਼ਮੀਨਾਂ ਅਲਾਟ ਹੋਈਆਂ ਸਨ ਪਹਿਲੇ 47 ਤੋਂ ਪਹਿਲੇ ਹੀ, ਇਹਨਾਂ ਦੇ ਰਾਜਸਥਾਨ 'ਚ ਸੀ ਤਹਿਸੀਲ ਰੇਜ਼ਿੰਗ ਸੀ ਕੋਈ, ਅਤੇ 24 RB ਸੀ ਉੱਥੇ ਸਨ। ਇੱਥੋਂ ਉੱਠ ਕੇ ਫਿਰ ਉਹ ਉੱਥੇ ਚਲੇ ਗਏ। ਉਸ ਤੋਂ ਬਾਅਦ ਜਿਹੜੀ ਇਹਨਾਂ ਨੂੰ ਜ਼ਮੀਨ ਅਲਾਟਮੈਂਟ ਹੋਈ ਸੀ, ਇਹ ਕੋਈ ਦਵਿੰਦਰ ਸਿੰਘ ਜੀ ਹੋਰਾਂ ਨੂੰ, ਇਹ ਆਪਣਾ ਫਰੀਦਕੋਟ ਦੇ ਨਾਲ ਕੋਈ ਚੱਕ ਮਚਾਕੀਆਂ, ਅਤੇ ਉਸ ਤੋਂ ਬਾਅਦ ਇੱਕ ਗੰਗਾ ਨਗਰ 'ਚ ਨਾ 4H 4HA, ਅਤੇ ਫਰੀਦਕੋਟ ਦੇ ਨਾਲ ਹੀ ਐਵੇਂ ਹੀ ਇਹਨਾਂ ਦਾ ਕੋਈ ਹੋਰ ਹੈਗਾ ਵਧਾਈਆਂ ਪਿੰਡ ਸੀ, ਇਹ ਜ਼ਿਲ੍ਹਾ ਮੁਕਤਸਰ ਸ਼ਰੀਫ 'ਚ ਸੀ ਜੀ। ਅਤੇ ਦੂਸਰਾ ਇੱਕ ਕੰਧ ਵਾਲਾ ਕੋਈ ਹਾਜ਼ਰ ਖਾਂ, ਇਹ ਡਿਸਟ੍ਰਿਕਟ ਹੁਣ ਫਾਜ਼ਿਲਕਾ ਹੈ, ਇਹ ਬਰਾਦਰੀਆਂ ਜ਼ਿਆਦਾ ਹੁਣ ਇਸ ਟਾਈਮ ਉੱਥੇ ਵੱਸਦੀਆਂ ਪਈਆਂ।